ਇੱਕ ਤਾਂ ਅਸੀਂ ਲਿਆ ਨਾ ਉਹਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਮੀਟਿੰਗ ਦੇ ਵਿੱਚ ਇਤਿਹਾਸਿਕ ਫੈਸਲੇ ਲਏ ਗਏ ਕਿ ਭਾਰਤ ਰਤਨ ਜਿਹੜਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਅਵਾਰਡ ਦਿੱਤਾ ਜਾਂਦਾ ਹਾਈਐਸਟ ਆਨਰ ਹੈ, ਅਸੀਂ ਉਹਦੇ ਵਾਸਤੇ ਮਾਸਟਰ ਤਾਰਾ ਸਿੰਘ ਜੀ ਦਾ ਔਰ ਸ਼ਹੀਦ ਭਗਤ ਸਿੰਘ ਦਾ ਨਾਂ ਰਿਕਮੈਂਡ ਕੀਤਾ ਔਰ ਚਿੱਠੀ ਪ੍ਰਧਾਨ ਮੰਤਰੀ ਨੂੰ ਪਾ ਰਹੇ ਹਾਂ ਕਿ ਇਹਨਾਂ ਨੂੰ ਭਾਰਤ ਰਤਨ ਮਿਲਣਾ ਚਾਹੀਦਾ। ਔਰ ਇੱਕ ਰੈਜ਼ੋਲੂਸ਼ਨ ਅਸੀਂ ਹੋਰ ਪਾਸ ਕੀਤਾ ਕਿ ਜਿਹੜਾ ਲਾਂਘਾ ਹੈਗਾ ਪਾਕਿਸਤਾਨ ਦਾ ਹਾਂਜੀ ਕਰਤਾਰਪੁਰ ਦਾ ਜਿਹੜਾ ਲਾਂਘਾ ਹੈਗਾ ਕਰਤਾਰਪੁਰ ਦਾ ਲਾਂਘਾ ਉਹਦੇ ਵਾਸਤੇ ਅਸੀਂ ਅੱਜ ਰੈਜ਼ੋਲੂਸ਼ਨ ਪਾਸ ਕਰਕੇ ਗਵਰਨਮੈਂਟ ਆਫ ਇੰਡੀਆ ਨੂੰ ਕਿਹਾ ਕਿ ਉਹ ਪਾਕਿਸਤਾਨ ਗਵਰਨਮੈਂਟ ਨਾਲ ਗੱਲ ਕਰਕੇ ਉਹ ਲਾਂਘਾ ਬਣਾਇਆ ਜਾਵੇ ਤਾਂ ਕਿ ਬਗੈਰ ਵੀਜ਼ੇ ਤੋਂ ਬਗੈਰ ਪਾਸਪੋਰਟ ਤੋਂ ਸੰਗਤ ਉੱਥੇ ਮੱਥਾ ਟੇਕਣ ਜਾ ਸਕੇ। ਔਰ ਮੈਨੂੰ ਇਹ ਪਤਾ ਲੱਗਾ ਕਿ ਵਰਲਡ ਬੈਂਕ ਨੇ ਵੀ ਅਪਰੂਵਲ ਦਿੱਤੀ ਕਿ ਅਗਰ ਉਹ ਲਾਂਘਾ ਬਣਾਇਆ ਜਾਏ ਤਾਂ ਵਰਲਡ ਬੈਂਕ ਉਹਦੇ 'ਚ ਫਾਈਨੈਂਸ਼ੀਅਲ ਮਦਦ ਵੀ ਕਰਨ ਨੂੰ ਤਿਆਰ ਹੈ। ਮੈਨੂੰ ਪੂਰੀ ਉਮੀਦ ਹੈ ਕਿ ਇਹ ਦੋਵੇਂ ਮੁਲਕਾਂ ਦੀ ਸਰਕਾਰਾਂ ਦੀ ਰਜ਼ਾਮੰਦੀ ਦੇ ਨਾਲ ਇਹ ਕੰਮ ਹੋ ਸਕਦਾ ਔਰ ਜ਼ਰੂਰ ਹੋਣਾ ਚਾਹੀਦਾ ਤਾਂ ਕਿ ਲੋਕ ਆਪਣੀ ਸ਼ਰਧਾ ਉਸ ਸਥਾਨ 'ਤੇ ਜਾ ਕੇ ਵੀ ਭੇਟ ਕਰ ਸਕਣ।